ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਅਧੀਨ ਪੈਂਦੇ ਪਿੰਡ ਦੁਪਾਲੀ ਵਿਖੇ ਪਿਸਤੌਲ ਦੀ ਨੋਕ ਤੇ ਲੁੱਟਖੋਹ ਕਰਨ ਵਾਲੇ ਕਾਰ ਸਵਾਰਾਂ ਦੇ ਵਿੱਚੋਂ ਬਡਾਲੀ ਆਲਾ ਸਿੰਘ ਵਾਲੀ ਪੁਲਿਸ ਦੇ ਵੱਲੋਂ ਤਕਰੀਬਨ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪੁਲਿਸ ਨੇ ਕਿਹਾ ਹੈ ਕਿ ਘਟਨਾ ਨੂੰ ਅੰਜਾਮ ਦੇ ਕੇ ਭੱਜੇ ਇਹਨਾਂ ਕਾਰ ਸਵਾਰਾਂ ਦੇ ਵਿੱਚੋਂ ਤਕਰੀਬਨ 2 ਵਿਅਕਤੀਆਂ ਨੂੰ 12 ਘੰਟੇ ਦੇ ਅੰਦਰ ਹੀ ਲੱਭ ਕੇ ਗ੍ਰਿਫਤਾਰ ਕਰ ਲਿਆ ਗਿਆ। ਦੱਸ ਦਈਏ ਕਿ ਗ੍ਰਿਫਤਾਰ ਕੀਤੇ ਗਏ ਇਹ ਦੋਸ਼ੀ 21 ਜਨਵਰੀ ਦੀ ਰਾਤ ਨੂੰ ਤਕਰੀਬਨ 10:30 ਵਜੇ ਦੇ ਨੇੜੇ ਤੇੜੇ ਇੱਕ ਕਬਾੜੀਏ ਦੀ ਦੁਕਾਨ ਵਿੱਚ ਦਾਖਲ ਹੁੰਦੇ ਨੇ ਅਤੇ ਉਸ ਤੋਂ ਪਿਸਤੌਲ ਦੀ ਨੋਕ ਦੇ ਉੱਤੇ ਕਰੀਬ 47,000 ਰੁਪਿਆ ਅਤੇ ਉਸਦੇ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਜਾਂਦੇ ਨੇ, ਜਿਸ ਤੋਂ ਬਾਅਦ ਪੁਲਿਸ ਨੂੰ ਲਗਾਤਾਰ ਇਹਨਾਂ ਦੋਸ਼ੀਆਂ ਦੀ ਭਾਲ ਸੀ। ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਹੈ ਜੀ, ਮਿਤੀ 21 ਤਰੀਕ ਨੂੰ ਰਾਤ ਨੂੰ ਹੰਸਾਲੀ ਸਾਹਿਬ ਰੋਡ ਦੇ ਉੱਪਰ ਇੱਕ ਕਬਾੜੀਏ ਦੀ ਦੁਕਾਨ 'ਤੇ ਅਸਲੇ ਦੀ ਨੋਕ 'ਤੇ ਜਿਹੜੀ ਖੋਹ ਹੋਈ ਸੀ ਉਸ ਰਿਗਾਰਡਿੰਗ ਰੱਖੀ ਗਈ ਹੈ ਜੀ। ਇਹ ਖੋਹ ਤਕਰੀਬਨ 10:15 ਵਜੇ ਰਾਤ ਨੂੰ ਹੋਈ ਸੀ, ਜਿਸ ਵਿੱਚ 3 ਮੋਨੇ ਵਿਅਕਤੀ ਆਏ ਸੀਗੇ ਅਤੇ ਅਮਰੀਕ ਸਿੰਘ ਜਿਹੜਾ ਮਾਲਕ ਹੈਗਾ ਉਸ ਤੋਂ ਤਕਰੀਬਨ 48,000 ਰੁਪਈਆ ਕੈਸ਼, 3 ਮੋਬਾਈਲ ਅਤੇ DVR ਜਿਹੜੇ ਉਹਦੇ ਫੋਨ ਦੀ ਉਹ ਪੱਟ ਕੇ ਲੈ ਗਏ ਸੀਗੇ, ਉਸ ਸੰਬੰਧੀ ਰੱਖੀ ਗਈ ਸੀ। ਸਰ ਕਿੰਨੇ ਦੀ ਲੁੱਟ ਖੋਹ ਕੀਤੀ ਗਈ ਹੈ ਜੀ, ਕੋਈ ਜਾਨੀ ਜਾਂ ਮਾਲੀ ਨੁਕਸਾਨ ਕਿੰਨਾ ਕੁ ਹੋਇਆ ਜੀ? ਜਾਨੀ ਤਾਂ ਕੋਈ ਨਹੀਂ ਹੋਇਆ ਜੀ, ਮਾਲੀ ਜਿਵੇਂ ਮੈਂ ਦੱਸਿਆ ਵੀ ਤਕਰੀਬਨ 48,000 ਰੁਪਈਆ ਕੈਸ਼, ਫਿਰ ਉਹਦਾ ਇੱਕ ਪਰਸ ਸੀਗਾ, ਪਰਸ ਦੇ ਵਿੱਚ ਉਹਦੇ ਕੋਈ ਤਕਰੀਬਨ 2,500-3,000 ਰੁਪਈਆ ਕੈਸ਼ ਸੀਗਾ ਜੀ, ਮੋਬਾਈਲ ਸੀਗੇ 3 ਅਤੇ DVR ਸੀਗੀ। ਅਤੇ ਉਹ ਜਿਹੜੀ ਖੋਹ ਹੈ ਤਕਰੀਬਨ ਬੜੀ ਮੁਸਤੈਦੀ ਨਾਲ, ਖਾਸ ਕਰ ਮੈਂ ਕ੍ਰੈਡਿਟ ਦੇਣਾ ਚਾਹੂੰਗਾ ਬਡਾਲੀ ਅੱਲਾ ਸਿੰਘ ਦੇ SHO, ਇਹਨਾਂ ਨੇ ਬਹੁਤ ਮਿਹਨਤ ਕਰਕੇ ਸਾਰੀ ਰਾਤ ਵਰਕਆਊਟ ਕਰਕੇ ਵਿਦਇਨ 12 ਆਵਰਸ ਜਿਹੜਾ ਇਹਨੂੰ ਕ੍ਰੈਕ ਕਰ ਲਿਆ ਸੀਗਾ ਕੇਸ ਨੂੰ। ਅਤੇ ਜਿਹੜੇ ਇਹਨਾਂ 'ਚੋਂ 4 ਜਿਹੜੇ ਸ਼ਮੂਲੀਅਤ ਪਾਈ ਗਈ ਸੀ ਦੋਸ਼ੀਆਂ ਦੀ, ਉਹਨਾਂ ਵਿੱਚੋਂ 2 ਨੂੰ ਗ੍ਰਿਫਤਾਰ ਕਰ ਲਿਆ ਹੈਗਾ। ਸਰ ਦੋਸ਼ੀਆਂ ਤੋਂ ਕੁਝ ਬਰਾਮਦ ਹੋਇਆ, ਦੋਸ਼ੀਆਂ ਪਾਸੋਂ ਜਿਹੜੇ ਆ ਤਕਰੀਬਨ 40,000 ਰੁਪਈਆ ਨਗਦ ਜੀ, 3 ਜਿਹੜੇ ਲੁੱਟੇ ਹੋਏ ਜਿਹੜੇ ਇਹਨਾਂ ਨੇ ਮੋਬਾਈਲ ਖੋਹ ਕੇ ਗਏ ਸੀ, ਉਹ 3 ਮੋਬਾਈਲ ਅਤੇ ਜਿਹੜੀ DVR ਹੈ ਉਹ ਹੋ ਗਈ ਹੈ। ਅਤੇ ਇਸ ਤੋਂ ਇਲਾਵਾ ਜਿਹੜੀ ਇਸ ਜੁਰਮ ਦੇ ਵਿੱਚ ਜਿਹੜੀ ਕਾਰ ਵਰਤੀ ਗਈ ਸੀਗੀ 8191 ਹੁੰਦਈ ਗੱਡੀ ਸੀਗੀ, ਉਹ ਕਾਰ ਵੀ ਬਰਾਮਦ ਕਰ ਲਈ ਗਈ ਹੈ। ਦੋਸ਼ੀਆਂ 'ਤੇ ਅੰਡਰ ਸੈਕਸ਼ਨ 392 IPC ਅਤੇ ਆਰਮਸ ਐਕਟ ਦਾ ਮੁਕੱਦਮਾ ਦਰਜ ਕੀਤਾ ਗਿਆ ਸੀਗਾ, ਜਿਨ੍ਹਾਂ ਨੂੰ ਅੱਜ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਦੁਬਾਰਾ। ਅਤੇ ਬਾਕੀ ਜਿਹੜੇ 2 ਦੋਸ਼ੀ ਆ ਉਹਨਾਂ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇ ਜੀ। ਇਹਦੇ ਵਿੱਚ ਜਿਹੜਾ ਦੋਸ਼ੀ ਇੱਕ ਸਤਨਾਮ ਸਿੰਘ ਹੈ, ਉਸ 'ਚ ਮੈਂ ਦੱਸਣਾ ਚਾਹੁੰਦਾ ਉਸ 'ਤੇ ਇੱਕ ਪਟਿਆਲੇ ਜ਼ਿਲ੍ਹੇ ਦੇ ਵਿੱਚ ਇੱਕ ਮੁਕੱਦਮਾ ਦਰਜ ਹੋਣਾ ਪਾਇਆ ਗਿਆ ਜੀ ਸਦਰ ਨਾਭੇ ਵਿੱਚ ਆਲਰੇਡੀ। ਅਤੇ ਸਰ ਟੋਟਲ ਕਿੰਨੇ ਦਾ ਜਿਹੜਾ ਗਰੁੱਪ ਸੀਗਾ ਜੀ? ਇਹ 4 ਬੰਦਿਆਂ ਦਾ ਗਰੁੱਪ ਹੈ ਜੀ ਫਿਲਹਾਲ ਜਿਹੜਾ ਸਾਹਮਣੇ ਆਇਆ, 4 ਨੇ ਮਿਲ ਕੇ ਹੀ ਕੀਤੀ ਸੀਗੀ। 3 ਬੰਦੇ ਅੰਦਰ ਆਏ ਸੀਗੇ, ਇੱਕ ਬੰਦਾ ਗੱਡੀ 'ਚ ਬੈਠਾ ਰਿਹਾ ਕਾਰ ਦੇ ਵਿੱਚ ਜਿਹੜਾ ਸਤਨਾਮ ਸਿੰਘ। ਸਰ ਦੋਸ਼ੀ ਜਿਹੜੇ ਇੱਕੋ ਜਗ੍ਹਾ ਦੇ ਨੇ ਜਾਂ ਵੱਖ ਵੱਖ? ਨਹੀਂ ਨਹੀਂ, ਸਾਰੇ ਅਲੱਗ ਅਲੱਗ ਹੈਗੇ ਨੇ ਜੀ ਜੀ ਅਲੱਗ ਅਲੱਗ ਜਗ੍ਹਾ ਤੋਂ। ਸਰ ਦੇਖਿਆ ਜਾਵੇ ਜੀ, ਜੇ DGP ਗੌਰਵ ਯਾਦਵ ਵੱਲੋਂ ਇੱਕ ਈਗਲ ਸਰਚ ਓਪਰੇਸ਼ਨ ਚਲਾਇਆ ਜਾ ਰਿਹਾ ਹੈ, ਥਾਂ ਥਾਂ 'ਤੇ ਪੁਲਿਸ ਵੱਲੋਂ ਬੜੀ ਮੁਸਤੈਦੀ ਨਾਲ ਨਾਕੇਬੰਦੀ ਕੀਤੀ ਜਾ ਰਹੀ ਹੈ 26 ਜਨਵਰੀ ਦੇ ਕਰਕੇ, ਕਿਉਂਕਿ ਸ਼ਰਾਰਤੀ ਅਨਸਰਾਂ ਦੇ ਜਿਹੜੇ ਨੇ ਜਾਂ ਇਹੋ ਜਿਹੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ, ਇੰਨੇ ਹੌਸਲੇ ਬੁਲੰਦ ਕਿਉਂ ਹੋ ਰਹੇ ਨੇ? ਜੇ ਉਹ ਆਪਣੀ ਵਾਰਦਾਤ ਕਰ ਰਹੇ ਨੇ ਜੀ ਤਾਂ ਪੁਲਿਸ ਦਾ ਵੀ, ਦੇਖੋ ਮੈਂ ਤੁਹਾਨੂੰ ਦੱਸਣਾ ਚਾਹੂੰਗਾ 12 ਘੰਟੇ ਦੇ ਵਿੱਚ ਇਹਨੂੰ ਕ੍ਰੈਕ ਕਰਨਾ, ਕਿਉਂਕਿ ਇਟ ਵਾਸ ਟੋਟਲੀ ਅ ਬਲਾਈਂਡ ਕ੍ਰਾਈਮ।
ਤੇ 12 ਘੰਟੇ ਦੇ ਵਿੱਚ ਕ੍ਰੈਕ ਕਰਨਾ ਵੀ ਇੱਕ ਕ੍ਰੈਡਿਟ ਦੀ ਗੱਲ ਹੈ ਜੀ। ਥੈਂਕ ਯੂ। ਲਾਈਵ ਤੇ ਇਸ ਚੈਨਲ ਦੇ ਲਈ ਫਤਿਹਗੜ੍ਹ ਸਾਹਿਬ ਤੋਂ ਰੰਜਨਾ ਸ਼ਾਹੀ ਦੀ ਵਿਸ਼ੇਸ਼ ਰਿਪੋਰਟ।